ਰੁਪਿਆ ਤੈਨੂੰ ਦੇ ਦੂੰ ਮੇਰੀ ਕੁੜੀ ਵਾਪਸ ਕਰ ਦੋ ਮੈਂ ਬਸ ਕਹਿ ਦੂੰ ਮੇਰੀ ਕੁੜੀ ਵਾਪਸ ਕਰ ਦੋ ਕੰਜ ਤੂੰ ਨਾ ਮਰ ਕੇ ਰਹਿ ਜੇ लंदन तो पंजाब लियांदी महक शर्मा दी मृतक दे ये उही महक शर्मा है जिसका कतल उसके ही पति दे वलों लंदन दे विच कीता गया। दो दिन पहला एक खबर परिवार नू मिली तो परिवार ते दुखां दा पहाड़ टुट गया ते अज परिवारक मैंबरां दी मदद दे नाल महक दी मृतक दे नू पंजाब लियांदा गया। दस दिए कि पिछले दिन ही लंदन दे विच पति वलों इसका कतल कर दिता गया सी ते हुण डेड बॉडी उसके पिंड जोगी चीमा दे विच पहुंची है ते संस्कार भी किया है परिवार ने नम अखा दे नाल। दस दिए कि कादियां दे नेड़े पिंड जोगी चीमा दी रहन वाली सी 19 सालां दी महक शर्मा जो कि लंदन दे विच गई सी तां तुसी देख ही सकते हो तस्वीरां किवें दुखां दा पहाड़ टुट गया है परिवार ते उन्हां नूं यकीन नहीं हो रहा कि उन्हां दे 19 सालां दी जवान कुड़ी दी मौत हो गई ते उसदी मौत दा कारण उसदा घर वाला बनिया के घर वाले ने ही उसका कत्ल कर दिता। ਕਦੋਂ ਮੈਨੂੰ ਇੱਕ ਮੌਕਾ ਦੇਣਾ ਚਾਹੁੰਦੇ ਕਿ ਮੇਰਾ ਹਸਬੰਡ ਠੀਕ ਹੋ ਜਾਏਗਾ ਕੰਮ ਵੀ ਕਰੇਗਾ ਜੇ ਮੈਨੂੰ ਫਿਰ ਉਸ ਤੋਂ ਬਾਅਦ ਤੰਗ ਕਰੇਗਾ ਤਾਂ ਫਿਰ ਮੈਨੂੰ ਛੱਡੂਗੀ ਪਰ ਤੂੰ ਨੇ ਮੌਕਾ ਦਿੱਤਾ ਨਹੀਂ ਹੈ ਉਸ ਤੋਂ ਬਾਅਦ ਮੇਰੀ ਗੱਲ ਨਹੀਂ ਹੋਈ ਉਹਦੇ ਨਾਲ ਉਸ ਤੋਂ ਬਾਅਦ ਸਿਰਫ ਫੋਨ ਕੀਤਾ ਹੈ ਕਿ ਉਹ ਫੋਨ ਵੀ ਉਠਾ ਰਹੇ ਜਦੋਂ ਪਤਾ ਚੱਲਿਆ ਉਸ ਤੋਂ ਬਾਅਦ ਇਹਨੂੰ ਅਗਲੇ ਦਿਨ ਪਤਾ ਚੱਲਿਆ ਕਿ ਉਹ ਮਾਰ ਦਿੱਤਾ ਜੀ ਉਹਨਾਂ ਨੇ ਸੋਚਿਆ ਕਿ ਕੁੜੀ ਪੜ੍ਹੀ ਲਿਖੀ ਹੈ ਬਾਹਰ ਚਲੀ ਜਾਏਗੀ ਸਾਡੇ ਮੁੰਡੇ ਨੂੰ ਸੈੱਟ ਕਰ ਦਿੰਦੇ ਇਹਨਾਂ ਨੇ ਸੋਚਿਆ ਕਿ ਚਲੋ ਚੰਗੇ ਹੈਗੇ ਆ ਬਾਹਰ ਲੈ ਜਾਂਦੇ ਲੜਕੀ ਨੂੰ ਸਿਰਫ ਇਹੀ ਸੀਗਾ ਕਿ ਬਾਹਰ ਜਾਣਾ ਹੈ ਬਾਹਰ ਜਾ ਕੇ ਮੈਂ ਸੈੱਟ ਹੋ ਜਾਊਂਗੀ ਤੁਸੀਂ ਦੇਖੋ ਪਲੱਸ ਟੂ ਦੇ ਵਿੱਚ ਉਹਨੇ 93% ਮਾਰਕਸ ਆਏ ਪਲੱਸ ਟੂ ਮੇਰੇ ਕੋਲ ਪਹਿਲੇ ਸੀ ਮੈਂ ਕਲੀਅਰ ਕੀਤਾ ਸਭ ਕੁਝ ਕਲੀਅਰ ਕੀਤਾ ਸੀ ਉਹਨੂੰ ਕਿਹਾ ਕਿ ਤੂੰ ਬੀਐਸਸੀ ਕਰ ਕਹਿੰਦੀ ਨਹੀਂ ਮੈਂ ਬਾਹਰ ਜਾਣਾ ਬਾਹਰ ਦੀ ਕਰੇਜ਼ ਦੇ ਵਿੱਚ ਸਾਰਾ ਕੁਝ ਹੋਇਆ ਬਟ ਇਹਨਾਂ ਦੇ ਵਿਸ਼ਵਾਸ ਕੀਤਾ ਪਰ ਇਹਨਾਂ ਨੇ ਧੋਖਾ ਕੀਤਾ ਸਾਡੇ ਨਾਲ ਉਹਨਾਂ ਦਾ ਮੁੰਡਾ ਜਿਹੜਾ ਸੀਗਾ ਉਹ ਮੇਰਾ ਖਿਆਲ ਹੈ ਕਿ ਮਾਨਸਿਕ ਤੌਰ ਤੇ ਸਹੀ ਨਹੀਂ ਸੀਗਾ ਕਿਉਂਕਿ ਉਹ ਸਾਈਕੀ ਸੀਗਾ ਜਿਸ ਤਰ੍ਹਾਂ ਉਹਨੂੰ ਟੌਰਚਰ ਕਰ ਰਿਹਾ ਸੀਗਾ ਸ਼ੱਕੀ ਕਿਸਮ ਦਾ ਬਾਡੀ ਉੱਥੇ ਦੇਰ ਵਿੱਚ ਪਹੁੰਚ ਗਈ ਜੀ 2 ਵਜੇ ਨਸੀਬ ਹੋ ਗਿਆ ਜੀ 2 ਵਜੇ ਤੋਂ ਬਾਅਦ ਮੁੜ ਕੇ ਵੇਖੋ ਕੀ ਟਾਈਮ ਹੋ ਗਿਆ ਹੁਣ ਆਪਾਂ ਇੰਨੇ ਵਜੇ ਪਹੁੰਚ ਗਏ ਸੋਨੀਆ ਸੇ ਆਇਆ ਸੀ ਸੋਨੀ ਸਿੰਘ ਉਹਨੇ ਆਖਰੀ ਮੈਡੀਕਲ ਸਰੀ ਉੱਥੇ ਭੇਜੀ ਆ ਜੀ ਤੇ ਬਾਜਵਾ ਜੀ ਦੀ ਮੇਰ ਬਣਨਾ ਹੀ ਖਰੇ ਕੰਮ ਹੋਇਆ ਜੀ ਆ ਬਾਦਸ਼ਾਹ ਨੇ ਬਾਕੀ ਪਿੰਡ ਦੇ ਸੰਯੋਗ ਨਾਲ ਖੜਾ ਹਾਂਜੀ ਜੋ ਕੁਛ ਵੀ ਆ ਪਿੰਡ ਦੇ ਸੰਯੋਗ ਨਾਲ ਜੀ ਬਾਦਸ਼ਾਹ ਨੇ ਬਹੁਤ ਹਿੰਮਤ ਮਾਰੀ ਬਾਦਸ਼ਾਹ ਦੀ ਭਾਂਜੀ ਆ ਉੱਥੇ ਜੀ ਬਾਹਰ ਕੋਈ ਅਜੇ ਤੱਕ ਵੀ ਸਾਨੂੰ ਪਾ ਦਿੰਦੇ ਰਹੀ ਆ ਤੇ ਉਹਦੀ ਹਿੰਮਤ ਨਾਲ ਹੀ ਸਭ ਕੁਛ ਹੋਇਆ ਹੁਣ ਜਦੋਂ ਰਿਸੀਵ ਕੀਤੀ ਉਦੋਂ ਕਾਲ ਸਾਨੂੰ ਸੁਆਈ ਆ ਕੈਨੇਡਾ ਇੰਗਲੈਂਡ ਤੋਂ ਬਾਦਸ਼ਾਹ ਭਾਂਜੀ ਦੀ ਬਸ ਠੀਕ ਆ ਜੀ ਨਾ ਜੀ